ਸਾਡੇ ਪਿੰਡ ਦੀ ਸਭ ਤੋਂ ਬੜੀ ਸਮੱਸਿਆ ਹੈ ਜੋ ਕਿ ਸਾਡੇ ਪਿੰਡ ਚ ਕੋਈ ਵੀ ਆਵਾਜਾਈ ਦਾ ਸਾਧਨ ਨਹੀਂ ਹੈ। ਜੰਗਲੀ ਰਸਤੇ ਪੈਦਲ ਤੁਰ ਕੇ ਆਉਂਦੀਆਂ ਤੇ ਪੈਦਲ ਤੁਰ ਕੇ ਜਾਂਦੀਆਂ। ਜੇ ਸਾਡੇ ਨਾਲ ਰਸਤੇ ਵਿੱਚ ਕੋਈ ਵੀ ਘਟਨਾ ਹੋ ਜਾਵੇ ਤਾਂ ਇਸਦਾ ਜ਼ਿੰਮੇਵਾਰ ਕੌਣ ਹੈ? ਸਰਕਾਰ ਹੈ ਇਸਦਾ ਜ਼ਿੰਮੇਵਾਰ। ਦੋਸਤੋ, ਜਿਵੇਂ ਆਪਾਂ ਜਾਣਦੇ ਕਿ ਆਪਣੇ ਪੰਜਾਬ ਵਿੱਚ ਅਜੇ ਤੱਕ ਵੀ ਕੁਝ ਅਜਿਹੇ ਪਿੰਡ ਹੈਗੇ ਜਿੱਥੇ ਕੋਈ ਵਧੀਆ ਸਕੂਲ ਨਹੀਂ ਜਾਂ ਜਿੱਥੇ ਪਾਣੀ ਦੀ ਫੈਸਿਲਿਟੀ ਸਹੀ ਨਹੀਂ ਜਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ, ਤੇ ਬਹੁਤ ਸਾਰੇ ਲੋਕ ਬਸ ਉਸੇ ਤਰ੍ਹਾਂ ਹੀ ਜਿਉਂਦੇ ਰਹਿੰਦੇ ਆ। ਸਰਕਾਰ ਨੂੰ ਕੋਈ ਵੀ ਆਪਣੇ ਪਿੰਡ ਦੀ ਸਮੱਸਿਆ ਦੱਸਣ ਬਾਰੇ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕਰਦਾ। ਪਰ ਦੋਸਤੋ, ਹੁਣ ਇੱਕ ਪੰਜਾਬ ਦੀ ਧੀ ਜਿਸ ਨੇ ਬਹੁਤ ਹੀ ਬਹਾਦਰੀ ਨਾਲ ਇਹ ਕਿਹਾ ਕਿ ਮੇਰੇ ਪਿੰਡ ਵਿੱਚ ਇਹ ਵਾਲੀਆਂ ਪ੍ਰੋਬਲਮਸ ਆ, ਇਹਨਾਂ ਦਾ ਹੱਲ ਹੋਣਾ ਚਾਹੀਦਾ, ਤੇ ਉਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ, ਤੇ ਸਾਰੇ ਲੋਕ ਇਸ ਪੰਜਾਬ ਦੀ ਧੀ ਨੂੰ ਸਲਾਮ ਵੀ ਕਰ ਰਹੇ ਆ ਕਿ ਜਿਸ ਨੇ ਬਹੁਤ ਹੀ ਬਹਾਦਰੀ ਨਾਲ ਇਹ ਦੱਸਿਆ ਕਿ ਸਾਡੇ ਪਿੰਡ ਵਿੱਚ ਕੀ ਪ੍ਰੋਬਲਮਸ ਆ, ਉਹਨਾਂ ਦਾ ਹੱਲ ਹੋਣਾ ਚਾਹੀਦਾ। ਸੋ ਦੋਸਤੋ, ਆਓ ਸਭ ਤੋਂ ਪਹਿਲਾਂ ਆਪਾਂ ਉਹ ਵੀਡੀਓ ਦੇਖ ਲੈਂਦੇ ਹਾਂ। ਸਾਡੇ ਪਿੰਡ ਦੀ ਸਭ ਤੋਂ ਬੜੀ ਸਮੱਸਿਆ ਹੈ ਜੋ ਕਿ ਸਾਡੇ ਪਿੰਡ 'ਚ ਕੋਈ ਵੀ ਆਵਾਜਾਈ ਦਾ ਸਾਧਨ ਨਹੀਂ ਹੈ, ਨਾ ਸਾਡੇ ਪਿੰਡ 'ਚ ਕੋਈ ਬੱਸ ਹੈ ਤੇ ਨਾ ਹੀ ਕੋਈ ਆਟੋ ਹੈ। ਅਸੀਂ ਇੱਥੋਂ 9 ਕਿਲੋਮੀਟਰ, ਸਾਨੂੰ ਸਿਰਫ ਇੱਕ ਪਾਸਾ ਪੈਂਦਾ ਜਾਣ ਵਾਸਤੇ ਖਿਜ਼ਰਾਬਾਦ, ਜੋ ਕਿ ਪਲੱਸ 2 ਦਾ ਸਕੂਲ ਹੈ, ਨੀਆਂ ਪਰ ਸਾਨੂੰ 10th ਪਾਸ ਕਰਨੀ ਪੈਂਦੀ ਹੈ। ਸਾਡਾ 18 ਕਿਲੋਮੀਟਰ ਦਾ ਰਸਤਾ ਹੈ ਆਣ ਜਾਣ ਦਾ। ਅਸੀਂ ਜੰਗਲੀ ਰਸਤੇ ਪੈਦਲ ਤੁਰ ਕੇ ਆਉਂਦੀਆਂ ਤੇ ਪੈਦਲ ਤੁਰ ਕੇ ਜਾਂਦੀਆਂ। ਜੇ ਸਾਡੇ ਨਾਲ ਰਸਤੇ ਵਿੱਚ ਕੋਈ ਵੀ ਘਟਨਾ ਹੋ ਜਾਵੇ ਤਾਂ ਇਸਦਾ ਜ਼ਿੰਮੇਵਾਰ ਕੌਣ ਹੈ? ਸਰਕਾਰ ਹੈ ਇਸਦਾ ਜ਼ਿੰਮੇਵਾਰ, ਕਿਉਂਕਿ ਸਾਨੂੰ ਸਰਕਾਰ ਕਹਿੰਦੀ ਹੈ ਕਿ ਬੇਟੀ ਪੜਾਓ ਬੇਟੀ ਬਚਾਓ। ਸਾਡੇ ਪੇਰੈਂਟਸ ਸਾਡੀ ਹੈਲਪ ਕਰਦੇ ਆ ਪੜਾਉਣ ਲਈ, ਪਰ ਉਹ ਕੀ ਕਰ ਸਕਦੇ ਆ ਜਦ ਨਾ ਤਾਂ ਸਾਡੇ ਪਿੰਡ 'ਚ ਕੋਈ ਸੁਵਿਧਾ ਹੈ, ਨਾ ਸਾਨੂੰ ਕੋਈ ਰਸਤਾ, ਨਾ ਸਾਨੂੰ ਕੋਈ ਆਵਾਜਾਈ ਦਾ ਸਾਧਨ ਹੈ ਸਾਡੇ ਪਿੰਡ 'ਚ ਆਉਣ ਲਈ। ਉਹ ਪੜਾਉਂਦੇ ਤਾਂ ਹੈਗੇ, ਪਰ ਜੇ ਸਾਡੇ ਨਾਲ ਕੁਛ ਵੀ ਹੋ ਜਾਣ ਇਹਦਾ ਜ਼ਿੰਮੇਵਾਰ ਸਰਕਾਰ ਹੋਊਗੀ। ਚਾਰ ਨਦੀਆਂ ਜਿਨ੍ਹਾਂ ਕਿ ਹੁਣ ਬਰਸਾਤ ਦੇ ਦਿਨ ਆ ਜਾਣੇ ਆ, ਜੇ ਹੁਣ ਜਿਸ ਦਿਨ ਮੀਂਹ ਹੋਊਗਾ ਉਸ ਦਿਨ ਸਾਡੇ ਪਿੰਡ 'ਚ ਤੇ ਕੋਈ ਵੀ ਬੱਚਾ ਸਕੂਲ ਨਹੀਂ ਜਾਂਦਾ, ਨਾ ਹੀ ਕੋਈ ਵੀ ਕੋਈ ਡਿਊਟੀ ਕੰਮ ਕਿਤੇ ਵੀ ਨਹੀਂ ਜਾਂਦਾ ਹੈ, ਨਾ ਹੀ ਉਹ ਕੋਈ ਅੱਜ ਤੱਕ ਉਹ ਪੁੜੀਆਂ ਲਗਵਾ ਸਕਿਆ ਹੈ, ਨਾ ਹੀ ਕੋਈ ਬੱਸ ਦਾ ਸਾਧਨ ਕਰ ਸਕਿਆ। ਵੋਟਾਂ ਮੰਗਣ ਤਾਂ ਬਥੇਰੇ ਆਉਂਦੇ ਆ ਸਾਡੇ ਪਿੰਡ 'ਚ, ਪਰ ਕੋਈ ਵੀ ਇੱਥੇ ਕੋਈ ਸੁਵਿਧਾ ਨਹੀਂ ਕਰ ਸਕਦਾ ਹੈ। ਕਿਉਂ ਨਹੀਂ ਕਰ ਸਕਦੀ ਸਾਡੇ ਲਈ ਇਹ ਸਰਕਾਰ ਇਹ ਕੰਮ? ਕਿਉਂ ਸਾਡਾ ਜ਼ਿਲ੍ਹਾ, ਸਾਡਾ ਪਿੰਡ ਕਿ ਜ਼ਿਲ੍ਹੇ 'ਚ ਨਹੀਂ ਪੈਂਦਾ ਕਿ ਦੇਸ਼ 'ਚ ਨਹੀਂ ਪੈਂਦਾ ਹੈਗਾ? ਦੋਸਤੋ, ਜਿਵੇਂ ਤੁਸੀਂ ਵੀਡੀਓ ਦੇਖੀ ਜਿਸ ਵਿੱਚ ਇਸ ਪੰਜਾਬ ਦੀ ਧੀ ਨੇ ਬਹੁਤ ਸਾਰੀਆਂ ਜਿਹੜੇ ਉਹਨਾਂ ਦੇ ਪਿੰਡ ਵਿੱਚ ਸਮੱਸਿਆ ਜਿਵੇਂ ਸਕੂਲ ਦੀ ਪ੍ਰੋਬਲਮ ਆ ਜਾਂ ਕੋਈ ਹੋਰ ਪ੍ਰੋਬਲਮਸ ਆ, ਉਹ ਸਾਰੀਆਂ ਦੱਸੀਆਂ। ਤੇ ਦੋਸਤੋ, ਅਸੀਂ ਸਲਾਮ ਕਰਦੇ ਹਾਂ ਇਸ ਧੀ ਨੂੰ ਜਿਸ ਨੇ ਇੰਨੀ ਬਹਾਦਰੀ ਨਾਲ ਅੱਗੇ ਆ ਕੇ ਆਪਣੇ ਪਿੰਡ ਦੀਆਂ ਸਮੱਸਿਆਵਾਂ ਲੋਕਾਂ ਤੱਕ ਤੇ ਸਰਕਾਰ ਸਾਹਮਣੇ ਰੱਖੀਆਂ। ਸੋ ਦੋਸਤੋ, ਅਸੀਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਕਿ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜੋ ਇਸ ਪਿੰਡ ਨੂੰ ਸੁਧਾਰਨ ਵਿੱਚ, ਇਸ ਪਿੰਡ ਵਿੱਚ ਜੋ ਪ੍ਰੋਬਲਮਸ ਉਹਨਾਂ ਨੂੰ ਹੱਲ ਕਰਨ ਲਈ ਸਲਿਊਸ਼ਨ ਕਰ ਸਕਣ। ਤੇ ਦੋਸਤੋ, ਇਸ ਵੀਡੀਓ ਨੂੰ ਲਾਈਕ ਕਰਕੇ ਤੁਸੀਂ ਇਸ ਕੁੜੀ ਨੂੰ ਦੁਆਵਾਂ ਦੇ ਸਕਦੇ ਹੋ। ਤੇ ਦੋਸਤੋ, ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ, ਤੇ ਹੋਰ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।